Hi, this is Sanjana Singh and you are listening Desi World Radio. सो बिल्कुल दोस्तों जुड़े हो देसी वर्ल्ड रेडियो दे नाल। देसी वर्ल्ड रेडियो सुन रहे सारे ही श्रोतियां नूं मेरे वल्लों जाने की हरमनजोत सिद्धू वल्लों प्यार भरी सत श्री अकाल जी। हाँ, एक बार फिर तो लैके आ गया प्रोग्राम खास मुलाकात। ये खास मुलाकात बेहद खास होने वाली है क्योंकि इस बारे पहला मैं तुम्हें थोड़ा जिहा हिंट दे देवां क्योंकि सोशल मीडिया से बड़ा चर्चा दे विच एक मूवी का ट्रेलर चल रहा कदे हाँ कदे ना। सिंगे की गल करूँगा मैं फिलहाल। गाणियां दे विच तुसीं बहुत प्यार दिता सिंगे नूं पर जे मैं गल करा एज ए डैब्यू पहली फिल्म दे नाल हाजिर हो रहा है सिनेमाघरां दे विच 3 दिसंबर नूं। सो सिंगे की पहली फिल्म फिलहाल उन्हां दी सारी स्टारकास्ट नाल आपां गलबात करांगे ते रेडियो दे राहीं गलबात होगी ते फिलहाल तुसीं जिथे भी देशां विदेशां विच वसदे हो। सो फिल्म नूं पहला तो मैं एडवांस विच ही कहता कि जाके जरूर अपने नेड़े दे सिनेमाघरां विच देखना। फिलहाल जिन्हां नाल हुण मैं गल करन जा रहा फिल्म दी बहुत ही मेन अदाकार कह सकते हो कि मेन लीड एक्ट्रेस संजना सिंह साडे नाल होणगे। सो जुड़नगे उन्हां नाल गलबात करांगे किद्दां रहा फिल्म नाल जुड़न दा सफर ते किन्ना क मजा आया सारी स्टार कास्ट नाल काम करके। सब तो पहला स्वागत करते हैं, सत श्री अकाल मैम, स्वागत है देसी वर्ल्ड रेडियो च। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਹਾਡਾ ਬਹੁਤ ਬਹੁਤ ਥੈਂਕ ਯੂ ਆਪਣੇ ਸ਼ੋਅ ਤੇ ਮੈਨੂੰ ਇਨਵਾਈਟ ਕਰਨ ਲਈ, ਇਟਸ ਮਾਈ ਓਨਰ। ਚਲੋ ਕਰਦੇ ਹਾਂ ਗੱਲਬਾਤ ਸ਼ੁਰੂ। ਬਿਲਕੁਲ ਮੈਮ, ਸਭ ਤੋਂ ਪਹਿਲਾਂ ਮੈਮ ਜਾਣਨਾ ਚਾਹਾਂਗੇ ਤੁਹਾਡਾ ਬੈਕਗ੍ਰਾਉਂਡ, ਸਾਡੇ ਜਿਹੜੇ ਲਿਸਨਰ ਨੇ ਉਹ ਜਾਣਨਾ ਚਾਹੁੰਦੇ ਹੋਣਗੇ ਕਿ ਸੰਜਨਾ ਸਿੰਘ ਕੌਣ ਹੈ ਕਿਉਂਕਿ ਜਿਹੜੀ ਹੈਗੀ ਆ ਫਿਲਮ ਇੰਡਸਟਰੀ ਵਿੱਚ ਤੁਹਾਡੀ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਤੁਹਾਡਾ ਬੈਕਗ੍ਰਾਉਂਡ ਜਾਣਨਾ ਚਾਹੁੰਦੇ ਹੋਣਗੇ ਕਿ ਕਦੋਂ ਤੋਂ ਤੁਸੀਂ ਪੰਜਾਬੀ ਇੰਡਸਟਰੀ ਨਾਲ ਜੁੜੇ ਤਾਂ ਐਕਚੁਅਲ ਦੇ ਵਿੱਚ ਸੰਜਨਾ ਸਿੰਘ ਕੌਣ ਹੈ? ਜੀ, ਐਕਚੁਅਲ 'ਚ ਸੰਜਨਾ ਸਿੰਘ ਇੱਕ ਸਿੰਪਲ ਜਿਹੀ ਕੁੜੀ ਆ ਜੇ ਬਚਪਨ ਤੋਂ ਖੁਆਬ ਵੇਖੇ ਨੇ ਕਿ ਵੱਡੇ ਹੋ ਕੇ ਨਾ ਐਕਟਰ ਬਣਨਾ। ਤੇ ਇਹ ਮੇਰੀ ਪਹਿਲੀ ਫਿਲਮ ਆ ਪੰਜਾਬ 'ਚ ਜੇ ਤੁਸੀਂ ਅੱਜ ਡੈਬਿਊ ਐਕਟਰੈਸ ਕਹੋ। ਇਸ ਤੋਂ ਪਹਿਲਾਂ ਮੈਂ ਗਾਣੇ ਕੀਤੇ ਹੋਏ ਨੇ, ਮਿਊਜ਼ਿਕ ਐਲਬਮਸ ਕੀਤੇ ਹੋਏ ਨੇ ਅਖਿਲ ਨਾਲ ਤੇ ਹਰਨੂਰ ਨਾਲ ਵੀ ਚੰਨ ਵੇਖਿਆ ਕੀਤਾ। ਉਸ ਤੋਂ ਵੀ ਪਹਿਲਾਂ ਮੈਂ ਬੋਂਬੇ ਚ ਵੀ ਕੰਮ ਕੀਤੇ ਹੋਏ ਨੇ, ਲਾਈਕ ਮੈਂ ਇੱਕ ਸੀਰੀਅਲ ਸਟਾਰ ਪਲੱਸ ਤੇ ਕੀਤਾ ਹੋਇਆ, ਸੀਰੀਅਲ ਦਾ ਨਾਮ ਸੀ ਇਹ ਜਾਦੂ ਹੈ ਜਿਨਕਾ, ਤੇ ਉੱਥੇ ਵੀ ਮੇਰਾ ਹਾਲ ਫਿਲਹਾਲ ਵੀ ਇੱਕ ਗਾਣਾ ਆਇਆ ਸੀ ਬਾਦਸ਼ਾਹ ਨਾਲ। ਤੇ ਫਿਰ ਵੀ ਗਾਣੇ ਤੇ ਮੈਂ ਬਹੁਤ ਕਰ ਲਿਆ ਸੀ ਪਰ ਮੇਰੀ ਇਹ ਤਮੰਨਾ ਸੀ ਕਿ ਹੈ ਨਾ ਕਿ ਇੱਕ ਫਿਲਮ ਕਰੀਏ ਪੰਜਾਬ ਚ, ਤੇ ਮੈਂ ਸੋਚ ਹੀ ਰਹੀ ਸੀ ਕਿ ਮੈਨੂੰ ਆਹ ਫਿਲਮ ਮਿਲ ਗਈ, ਮੈਂ ਪਹਿਲੀ ਫਿਲਮ ਆ। ਸੋ ਯਾ, ਪਰ ਪਤਾ ਇਹ ਵੀ ਲੱਗੇਗਾ ਕਿ ਸ਼ਾਇਦ ਤੁਸੀਂ ਰੱਬ ਤੋਂ ਮੰਗਿਆ ਸੀਗਾ ਕਿ ਮੈਨੂੰ ਕੋਈ ਪੰਜਾਬੀ ਫਿਲਮ ਮਿਲ ਜਾਏ ਤੇ ਤੁਹਾਡਾ ਡ੍ਰੀਮ ਪੂਰਾ ਹੋ ਗਿਆ। ਹਾਂਜੀ, ਸਹੀ ਗੱਲ ਆ। ਐਕਚੁਅਲੀ ਮੈਂ ਚੰਡੀਗੜ੍ਹ ਸੀ, ਮੈਂ ਸ਼ੂਟ ਕਰ ਰਹੀ ਸੀ ਕਿਸੇ ਗਾਣੇ ਲਈ, ਮੈਂ ਗੁਰਦੁਆਰਾ ਸਾਹਿਬ ਲੰਘ ਰਹੀ ਸੀ ਤੇ ਆਈ ਵਾਜ਼ ਲਾਈਕ ਪਤਾ ਨੀ ਮੇਰੇ ਮਨ 'ਚ ਕੀ ਆਇਆ, ਮੈਂ ਆਲ ਆਫ ਸਡਨ ਮੈਂ ਐਸੇ ਮਨ 'ਚ ਨਾ ਵਿਸ਼ ਕੀਤਾ ਸਿਰ ਚੁਕਾਇਆ ਤੇ ਮੈਂ ਕਿਹਾ ਕਿ ਬਾਬਾ ਜੀ ਪਲੀਜ਼ ਮੈਨੂੰ ਇੱਕ ਪੰਜਾਬੀ ਫਿਲਮ ਦਿਲਾ ਦਿਓ, ਮੈਨੂੰ ਆਈ ਲਵ ਪੰਜਾਬ। ਤੇ ਮੈਨੂੰ ਲੱਗਾ ਕਿ ਮੈਂ ਤੇ ਹੋਰ ਰਹਿਣਾ ਗਾਣੇ ਕਰਕੇ, ਮੈਂ 2-3 ਦਿਨ 'ਚ ਚਲੀ ਜਾਂਦੀ ਸੀ, ਮਤਲਬ ਨਹੀਂ ਮੈਂ ਜ਼ਿਆਦਾ ਟਾਈਮ ਰਹਿਣਾ ਇੱਥੋਂ, ਯੂ ਨੋ ਆਈ ਵਾਂਟ ਟੂ ਵਰਕ ਹੇਅਰ, ਤੇ ਮੈਨੂੰ ਇੱਕ ਪੰਜਾਬੀ ਫਿਲਮ ਵਧੀਆ ਦਿਲਾਓ। ਤੇ ਉਸ ਤੋਂ 1 ਮਹੀਨੇ ਬਾਅਦ ਹੀ ਮੈਨੂੰ ਆਫਰ ਮਿਲ ਗਈ। ਸੋ ਤੁਸੀਂ ਕਹਿ ਸਕਦੇ ਹੋ ਹਾਂ ਵਾਹਿਗੁਰੂ ਦੀ ਮਿਹਰ ਹੋਈ ਤੇ ਲਾਈਕ ਯਾ ਇਟ ਵਾਸ ਡੈਸਟੀਨੀ। ਮਤਲਬ ਕਹਿੰਦੇ ਜੇ ਸੱਚੇ ਦਿਲੋਂ ਕੋਈ ਦੁਆ ਕੀਤੀ ਜਾਵੇ ਤੇ ਪਰਮਾਤਮਾ ਨੇ ਜਲਦੀ ਸੁਣ ਲਈ ਤੁਹਾਡੀ, ਐਂਡ ਉਹ ਵੀ ਮੇਨ ਲੀਡ ਦੇ ਵਿੱਚ ਹੀ ਮੇਨ ਫਿਲਮ ਹੀ ਮਿਲ ਗਈ ਤੁਹਾਨੂੰ। ਓਕੇ, ਹਾਂਜੀ ਸੋਚੋ। ਓਕੇ, ਤਾਂ ਮੈਂ ਫਿਰ ਵੀ ਚਲੋ ਫਿਲਮ ਵੱਲ ਬਾਅਦ 'ਚ ਆਉਂਦੇ ਹਾਂ, ਪਰ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗਾ ਜਿਵੇਂ ਤੁਸੀਂ ਬਹੁਤ ਸਾਰੇ ਤੁਸੀਂ ਗਾਣੇ ਕੀਤੇ ਦੱਸਿਆ ਅਖਿਲ ਦੇ ਨਾਲ ਵੀ ਕੀਤੇ ਹਰਨੂਰ, ਐਂਡ ਜੇ ਮੈਂ ਗੱਲ ਕਰਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਫੇਵਰਟ ਸਿੰਗਰ ਕੌਣ ਨੇ ਤੁਹਾਡੇ? ਮੇਰੇ ਤੇ ਬਹੁਤ ਸਾਰੇ ਫੇਵਰਟ, ਲੇਕਿਨ ਹਲੇ ਤੱਕ ਮੈਂ ਜੇ ਤੁਸੀਂ ਕਹੋ ਵੈਸੇ ਤਾਂ ਅਖਿਲ ਵੀ ਮੇਰਾ ਫੇਵਰੇਟ ਆ, ਹਰਨੂਰ ਵੀ ਵਧੀਆ ਗਾਉਂਦਾ, ਐਮੀ ਵਿਰਕ ਇਜ਼ ਲਾਈਕ ਮਾਈ ਆਲ ਟਾਈਮ ਫੇਵਰੇਟ। ਪੰਜਾਬ ਦੀ ਗੱਲ ਕਰੋ, ਆਈ ਲਵ ਆਲ ਹਿਸ ਸੌਂਗ, ਤੇ ਮੈਂ ਉਹਨਾਂ ਦੀ ਫਿਲਮਾਂ ਵੀ ਦੇਖੀ ਹੋਣੀ ਹੈ, ਲੇਕਿਨ ਆਈ ਲਵ ਹਿਸ ਫਿਲਮ ਬਿਕੋਜ਼ ਉਹਨਾਂ ਦੀ ਫਿਲਮ 'ਚ ਮੈਨੂੰ ਲੱਗਦਾ ਉਹਨਾਂ ਦੀ ਫਿਲਮ 'ਚ ਇੱਕ ਜੇ ਐਕਟਰੈਸ ਹੁੰਦੀ ਨਾ ਜੇ ਕੁੜੀ ਹੁੰਦੀ ਉਹਨਾਂ ਦਾ ਵੀ ਰੋਲ ਬਹੁਤ ਹੀ ਵਧੀਆ ਹੁੰਦਾ, ਯੂ ਨੋ ਐਸਟੈਬਲਿਸ਼ ਹੁੰਦਾ, ਤੇ ਆਈ ਓਬਵੀਅਸਲੀ ਇਨ ਫਿਊਚਰ ਆਈ ਵਿਲ ਲਵ ਟੂ ਵਰਕ ਵਿਦ ਹਿਮ। ਓਕੇ, ਅੱਜ ਹੁਣ ਗੱਲ ਕਰਦੇ ਹਾਂ ਤੁਹਾਡੀ ਜਿਹੜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਕੁਛ ਹੀ ਦਿਨਾਂ ਦੇ ਵਿੱਚ, ਕਦੇ ਹਾਂ ਕਦੇ ਨਾ। ਫਿਲਹਾਲ ਇਹ ਇਸ ਫਿਲਮ ਦੇ ਲਈ ਤੁਹਾਡੀ ਹਾਂ ਕਿਵੇਂ ਹੋਈ ਜਾਂ ਕਿਵੇਂ ਫਿਲਮ ਤੁਹਾਡੇ ਹਿੱਸੇ ਆਈ ਜਾਂ ਤੁਹਾਨੂੰ ਕਿਵੇਂ ਮਿਲੀ ਜਾਂ ਕਿਹਨਾਂ ਨੇ ਅਪਰੋਚ ਕੀਤਾ?
ਜਿੱਦਾਂ ਮੈਂ ਹੁਣੇ ਕਿਹਾ ਕਿ ਆਹ ਫਿਲਮ ਮੇਰੇ ਲਈ ਡੈਸਟੀਨੀ ਸੀ, ਲਿਖਿਆ ਹੋਇਆ ਸੀ ਮੇਰੇ ਡੈਸਟੀਨੀ ਚ ਕਿ ਆਹ ਮੈਂ ਕਰਨਾ ਕਰਨਾ। ਆਹ ਫਿਲਮ ਦੀ ਕਾਸਟਿੰਗ ਆਲ ਸਾਰੇ ਕਾਸਟ ਲੋਕ ਸੀਗੇ, ਜਿੰਨੇ ਜਿੱਦਾਂ ਸਿੰਘਾ ਹੋ ਗਿਆ ਜਾਂ ਜਿੰਨੇ ਵੀ ਸੀਨੀਅਰ ਆਰਟਿਸਟ ਸਾਰੇ ਲੋਕ ਸੀਗੇ, ਤੇ ਕੁੜ ਜੇ ਐਕਟਰਸ ਦਾ ਕੈਰੇਕਟਰ ਸੀਗਾ ਉਹ ਬਸ ਲੋਕ ਨਹੀਂ ਹੋਇਆ ਸੀ, ਤੇ ਪ੍ਰੋਡਿਊਸਰ ਥੋੜੇ ਕਨਫਿਊਜ਼ ਸੀਗੇ ਜਾਂ ਫਿਰ ਯੂ ਨੋ ਆਨ ਐਂਡ ਆਫ ਜਦੋਂ ਤੁਸੀਂ ਕਾਸਟਿੰਗ ਕਰਦੇ ਹੋ ਤਾਂ ਬਹੁਤ ਸਾਰੀ ਪ੍ਰੋਬਲਮ ਹੁੰਦੀ ਆਈ। ਤੇ ਫਿਲਮ ਸ਼ੁਰੂ ਹੋਣ ਤੋਂ ਜਸਟ 1 week ਪਹਿਲਾਂ ਮੈਂ ਲੋਕ ਹੋਈ ਹਾਂ। ਲਾਈਕ ਆਲ ਆਫ ਸਡਨ ਮੈਨੂੰ ਇੱਕ ਕਾਲ ਆਇਆ ਦਿੱਲੀ ਤੋਂ ਕਿਸੇ ਮੈਨੇਜਰ ਵੱਲੋਂ, ਮੈਨੂੰ ਕਾਲ ਆਇਆ ਕਿ ਇੱਕ ਫਿਲਮ ਆ ਪੰਜਾਬੀ ਫਿਲਮ ਆ, ਆਹ ਕਾਸਟ ਆ, ਆਹ ਸਟੋਰੀ ਲਾਈਕ ਜਿੱਦਾਂ, ਤੇ ਤੁਸੀਂ ਦੇਖੋ ਇੰਟਰਸਟਿਡ ਹੋ ਤਾਂ। ਮੈਂ ਕਿਹਾ ਓਬਵੀਅਸਲੀ ਆਈ ਵਾਂਟ ਟੂ ਡੂ ਅ ਪੰਜਾਬੀ ਫਿਲਮ, ਤੁਸੀਂ ਗੱਲ ਕਰੋ ਅੱਗੇ। ਸੋ ਮੇਰੀ ਫਿਰ ਡਾਇਰੈਕਟਰ ਨਾਲ ਗੱਲ ਹੋਈ, ਫਿਰ ਪ੍ਰੋਡਿਊਸਰ ਨਾਲ ਗੱਲ ਹੋਈ, ਫਿਰ ਉਹਨਾਂ ਨੇ ਮੈਨੂੰ ਸਕ੍ਰਿਪਟ ਸੈਂਡ ਕੀਤਾ ਕਿ ਆਹ ਇੱਕ ਸੀਨ ਸੀਗਾ ਜੇ ਫਿਲਮ ਚ, ਕਿ ਆਹ ਮੈਨੂੰ ਬਣਾ ਕੇ ਭੇਜ ਦਿਓ ਵੀਡੀਓ ਬਣਾ ਕੇ। ਤੇ ਮੈਂ ਹੁਣੇ ਤੁਰੰਤ ਛੇਤੀ 5-10 ਮਿੰਟ ਰੈਡੀ ਵੈਡੀ ਹੋ ਕੇ ਵੀਡੀਓ ਬਣਾਇਆ ਤੇ ਮੈਂ ਭੇਜ ਦਿਆ। ਫਿਰ ਉਸ ਤੋਂ ਬਾਅਦ ਮੈਨੂੰ ਕਾਲ ਬੈਕ ਤੁਰੰਤ ਤੋਂ ਆਇਆ ਕਿ ਅੱਛਾ। ਫਿਰ ਮੇਰੇ ਇੱਕ ਪ੍ਰੋਡਿਊਸਰ ਦੀ ਪ੍ਰੇਰਣਾ, ਮੈਂ ਸਾਡੇ ਪ੍ਰੋਡਿਊਸਰ ਉਹ, ਉਹਨਾਂ ਦੀ ਫਿਰ ਵੀਡੀਓ ਕਾਲ ਆਈ, ਉਹਨੇ ਪ੍ਰੋਪਰ ਇੰਟਰਵਿਊ ਲਿੱਤਾ ਕਿ ਤੁਸੀਂ ਅੱਗੇ ਅਸ ਤੋਂ ਯੂ ਨੋ ਜਿੱਦਾਂ ਜੋਬ ਚ ਇੰਟਰਵਿਊ ਨਹੀਂ ਹੁੰਦੀ, ਲਾਈਕ ਸ਼ੀ ਵਾਜ਼ ਲਾਈਕ ਸ਼ੀ ਵਾਜ਼ ਟੇਕਿੰਗ ਮਾਈ ਇੰਟਰਵਿਊ ਕਿ ਅੱਜ ਤੋਂ 5 ਸਾਲ ਬਾਅਦ ਤੁਸੀਂ ਆਪਣੇ ਆਪ ਨੂੰ ਕਿੱਥੇ ਵੇਖਦੇ ਹੋ, ਯੂ ਨੋ ਕੀ ਕਰਨਾ ਚਾਹੁੰਦੇ ਹੋ। ਸੋ ਆਈ ਜਸਟ ਟਾਕ ਨੈਚੁਰਲੀ, ਜੇ ਮੇਰੇ ਦਿਲ ਚ ਆਇਆ ਮੈਂ ਕਹਿ ਦਿਆ। ਫਿਰ ਉਹਨਾਂ ਨੇ ਕਿਹਾ ਕਿ ਚਲੋ ਤੂੰ ਡਾਨਾ ਕੁੜੀਏ ਅੱਜਾ ਪੰਜਾਬ। ਕੀ ਬਾਤ ਹੈ, ਮਤਲਬ ਤੁਹਾਡੀ ਉਸ ਵੀਡੀਓ ਨੇ ਜਿਹੜੀ ਜਲਦੀ ਜਲਦੀ ਵਿੱਚ ਭੇਜੀ ਉਹਨੇ ਇਮਪ੍ਰੈਸ ਕਰਤਾ ਸਾਰਿਆਂ ਨੂੰ। ਬੀਐਨ ਸ਼ਰਮਾ ਸਰ ਦੀ ਗੱਲ ਕਰੋ ਜਾਂ ਨਿਰਮਲ ਰਿਸ਼ੀ ਮੈਮ ਦੀ, ਓਬਵੀਅਸਲੀ ਇਹਨਾਂ ਦੀ ਬਹੁਤ ਸਾਰੀ ਫਿਲਮਾਂ ਮੈਂ ਪਹਿਲਾਂ ਦੇਖਿਆ ਸੀ। ਸੋ ਓਬਵੀਅਸਲੀ ਆਈ ਨਿਊ, ਤਾਂ ਹੀ ਤਾਂ ਮੈਂ ਵਾਸ ਐਕਸਾਈਟਡ ਜਦੋਂ ਮੈਂ ਕਾਸਟ ਮੈਨੂੰ ਦੱਸਿਆ। ਆਈ ਵਾਸ ਲਾਈਕ ਕਿ ਸਾਰੇ ਸੀਨੀਅਰ ਨੇ ਯੂ ਨੋ, ਤੇ ਇਟਸ ਮਾਈ ਪ੍ਰੇਜ਼ਰ ਕਿ ਫਰਸਟ ਫਿਲਮ ਚ ਮੈਂ ਉਹਨਾਂ ਦੇ ਨਾਲ ਕੰਮ ਕਰ ਰਹੀ ਹਾਂ, ਓਬਵੀਅਸਲੀ ਸਿੱਖਣ ਨੂੰ ਮਿਲੂਗਾ। ਓਕੇ, ਤਾਂ ਸੱਚੀ ਸੱਚੀ ਦੱਸਿਓ, ਮਤਲਬ ਜਿਵੇਂ ਸਿੰਘੇ ਦਾ ਬੜਾ ਕੰਟਰੋਵਰਸੀ ਵਿੱਚ ਜਦੋਂ ਨਵੇਂ ਨਵੇਂ ਆਏ ਸੀ ਕੰਟਰੋਵਰਸੀ ਵਿੱਚ ਬੜੇ ਰਹੇ, ਕਿਉਂਕਿ ਦੇਖਣ ਦੇ ਵਿੱਚ ਬੜਿਆ ਲੱਗਦਾ ਕਿ ਬੜੇ ਅੜਬ ਜਿਹੇ ਹੋਣਗੇ ਨਾ ਸਿੰਘਾ, ਪਰ ਤੁਸੀਂ ਜਦੋਂ ਉਹਨਾਂ ਨਾਲ ਕੰਮ ਕੀਤਾ ਜਾਂ ਤੁਸੀਂ ਕੰਮ ਕਰਨਾ ਸੀ, ਕਿ ਤੁਹਾਡੇ ਮਾਇੰਡ 'ਚ ਨਹੀਂ ਆਇਆ ਯਾਰ ਪਤਾ ਨਹੀਂ ਇਹਨਾਂ ਦਾ ਕਰੈਕਟਰ ਕਿੱਦਾਂ ਦਾ ਹੋਊਗਾ, ਵੀ ਪਤਾ ਨਹੀਂ ਮੈਨੂੰ ਡਰ ਕੇ ਰਹਿਣਾ ਪਊਗਾ ਜਾਂ ਕਿਵੇਂ, ਕੀ ਸੋਚ ਆਈ ਤੁਹਾਡੀ, ਕੀ ਥਿੰਕਿੰਗ ਸੀ ਉਦੋਂ? ਤੇ ਜਦੋਂ ਮੈਨੂੰ ਪਤਾ ਚੱਲਿਆ ਕਿ ਸਿੰਘੇ ਦੀ ਫਿਲਮ ਹੈ ਨਾ, ਸਿੰਘਾ ਮੇਰੇ ਅਪੋਜਿਟ ਸਿੰਘਾ, ਤੋ ਮੈਂ ਪਹਿਲਾਂ ਓਬਵੀਅਸਲੀ ਗਾਣੇ ਸੁਣੇ ਸੀ, ਪਰ ਫਿਰ ਵੀ ਤੁਸੀਂ ਜ਼ਿਆਦਾ ਕਿਉਰਿਓਸਿਟੀ ਲੈਂਦੇ ਹੋ ਨਾ ਕਿ ਐਜ਼ ਅ ਪਰਸਨ ਕਿੱਦਾਂ ਦਾ ਹੋਊਗਾ ਜਾਂ ਕੀ ਆ, ਬਿਕੋਜ਼ ਹੁਣ ਤਾਂ ਕੰਮ ਕਰਨਾ। ਤੇ ਮੈਂ ਇੱਕ ਵਾਰ ਅਸੀਂ ਅਸੀਂ ਯੂਟਿਊਬ ਤੇ ਰੈਂਡਮਲੀ ਸਰਚ ਕੀਤਾ ਸਿੰਘਾ ਇੰਟਰਵਿਊ, ਕਿਉਂਕਿ ਇੰਟਰਵਿਊ ਦੇਖ ਕੇ ਤੁਹਾਨੂੰ ਬੰਦੇ ਦੀ ਪਰਸਨੈਲਿਟੀ ਪਤਾ ਲੱਗਦੀ, ਤੇ ਮੈਂ ਅਸੀਂ ਸਿੰਘਾ ਇੰਟਰਵਿਊ ਅਸੀਂ ਸਰਚ ਕੀਤਾ ਜਾਂ ਕੁਛ ਕੁਛ, ਤੇ ਮੇਰੇ ਮੂਹਰੇ ਸਾਰੀ ਕੋਂਟਰੋਵਰਸੀ ਸਾਰੇ ਲਿੰਕ ਆ ਗਏ। ਉਹ ਬੰਦਾ ਤਾਂ ਬੜਾ ਡੇਂਜਰਸ ਲੱਗਦਾ, ਪੂਰਾ ਕੋਂਟਰੋਵਰਸੀ ਵਾਲਾ, ਉਸ ਤੋਂ ਮੈਂ ਲੈ ਕੇ ਮੇਰੇ ਮਨ ਚ ਉਹ ਕੋਂਟਰੋਵਰਸੀ ਵਾਲੀ ਇਮੇਜ ਬਣ ਗਈ ਸੀ ਮੇਰੀ। ਤੋ ਜੇ ਮੈਂ ਸੈੱਟ ਤੇ ਪਹਿਲੇ ਦਿਨ ਵੀ ਗਈ ਤਾਂ ਆਈ ਵਾਸ ਨਾਟ ਟਾਕਿੰਗ ਟੂ ਹਿਮ, ਥੋੜਾ ਟੇੜਾ ਜਿਹਾ ਹੋਊਗਾ ਪਤਾ ਨੀ ਕੀ ਹੋਊਗਾ, ਸੋ ਵਾਸ ਨਾਟ ਟਾਕਿੰਗ ਟੂ, ਉਦਾਂ ਦੀ ਵੀ ਮੈਂ ਥੋੜੀ ਸ਼ਾਇ ਹੈਗੀ, ਸੋ ਵਾਸ ਨਾਟ ਟਾਕਿੰਗ ਟੂ, ਬਟ ਦੈਨ ਹੀ ਸਟਾਰਟਡ ਟਾਕਿੰਗ ਨਾਰਮਲੀ ਜਿੱਦਾਂ, ਤੇ ਮੈਨੂੰ ਯਾਰ ਆਹ ਤਾਂ ਬਿਲਕੁਲ ਹੀ ਵੱਖਰੀ ਇਮੇਜ ਆ, ਹੀ ਇਜ਼ ਲਾਈਕ ਵੈਰੀ ਸਿੰਪਲ, ਡਾਊਨ ਟੂ ਅਰਥ, ਬਿਲਕੁਲ ਹੀ ਘਰੇਲੂ, ਯੂ ਨੋ ਵੈਰੀ ਸਿੰਪਲ ਮੈਨ ਯਾਰ। ਓਕੇ, ਤਾਂ ਮਤਲਬ ਜਦੋਂ ਅਸਲ ਵਿੱਚ ਮਿਲੇ ਉਦੋਂ ਤੁਹਾਡਾ ਵਿਊ ਚੇਂਜ ਹੋ ਗਿਆ ਕਿ ਨਹੀਂ ਇਹ ਤਾਂ ਬੜਾ ਬੜਾ ਸੌਫਟ ਜਿਹਾ ਮੁੰਡਾ ਹੈਗਾ? ਹਾਂ ਹਾਂ, ਉਹ ਉਪਰੋਂ ਬੰਦਾ ਹਾਰਡ ਪਤਾ ਨਹੀਂ ਕੀ ਆ, ਪਰ ਅੰਦਰੋਂ ਹੀ ਇਜ਼ ਵੈਰੀ ਸੌਫਟ, ਵੈਰੀ ਨਾਈਸ ਪਰਸਨ, ਯਾ ਵੈਰੀ ਹੈਲਪ। ਪਰ ਜੇ ਗੱਲ ਕਰੀਏ, ਦੋਨੋਂ ਹੀ ਫਰੈਸ਼ਰ ਹੋ ਤੁਸੀਂ, ਪਰ ਉਹਨਾਂ ਨੇ ਵੀ ਫਸਟ ਮੂਵੀ ਐਜ਼ ਅ ਡੈਬਿਊ ਕਰ ਰਹੇ ਨੇ, ਤੁਹਾਡਾ ਵੀ ਫਰੈਸ਼ ਆ, ਪਰ ਬਾਕੀ ਜਿਹੜੀ ਟੀਮ ਜਿਹੜੇ ਤੁਹਾਡੇ ਕਾਸਟ ਆ ਬੜੀ ਸੀਨੀਅਰ ਕਾਸਟ ਆ, ਕਿਉਂਕਿ ਸਾਰੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਆ ਚੁੱਕੇ ਨੇ, ਅਤੇ ਮੈਨੂੰ ਲੱਗਦਾ ਕਿ ਸਾਰਿਆਂ ਹੀ ਬਹੁਤ ਫੇਮਸ ਨੇ, ਤੁਹਾਨੂੰ ਡਰ ਨਹੀਂ ਲੱਗਿਆ ਵੀ ਜਦੋਂ ਕੋਈ ਉੱਦਾਂ ਦਾ ਸੀਨ ਹੁੰਦਾ ਸੀ ਉਹਨਾਂ ਸਾਹਮਣੇ ਵੀ ਅਸੀਂ ਫਰੈਸ਼ਰ ਹਾਂ, ਤਾਂ ਉਹ ਮਤਲਬ ਇੱਕ ਡਰ ਜਿਹਾ ਹੁੰਦਾ ਨਾ ਕਿ ਸਾਡੇ ਤੋਂ ਸੀਨੀਅਰ ਸਾਨੂੰ ਦੇਖਦਾ ਗਲਤੀਆਂ ਹੀ ਕੱਢੂਗਾ ਜਾਂ ਸਾਨੂੰ ਥੋੜ੍ਹਾ ਡਰ ਫੀਲ ਹੁੰਦਾ, ਉਹ ਕਿਹੋ ਜਿਹਾ ਮਾਹੌਲ ਸੀ ਸੈੱਟ ਉੱਤੇ? ਤੇ ਸਿੰਘੇ ਨਾਲ ਤਾਂ ਮੈਨੂੰ ਇੰਨਾ ਡਰ ਨਹੀਂ ਲੱਗਿਆ, ਬਿਕੋਜ਼ ਇੱਕ ਹਮ ਉਮਰ ਹੁੰਦੇ ਹੋ ਤੁਸੀਂ, ਇੱਕ ਉਹ ਕੰਫਰਟੇਬਲ ਗੱਲ ਕਰ ਕੇ ਵੀ ਹੋ ਜਾਂਦੇ, ਪਰ ਬੀਐਨ ਸ਼ਰਮਾ ਸਰ ਨਾਲ ਜਦੋਂ ਮੇਰਾ ਸੀਨ ਸੀਗਾ ਤੇ ਮੈਂ ਥੋੜੀ ਨਰਵਸ ਸੀਗੀ ਕਿ ਓ ਗੋਡ, ਮੇਰਾ ਥੋੜਾ ਲੰਬਾ ਸਾ ਡਾਇਲੋਗ ਸੀਗਾ, ਆਈ ਵਾਸ ਲਾਈਕ ਕਿ ਮੈਂ ਯੂ ਨੋ ਮੈਨੂੰ ਡਾਇਲੋਗ ਯਾਦ ਰਹੇ, ਇੱਦਾਂ ਨਾ ਹੋਵੇ ਕਿ ਡਾਂਟ ਨਾ ਪਊਗਾ ਕਿ ਹਾਂ ਪ੍ਰੈਕਟਿਸ, ਤੇ ਮੈਂ ਓਵਰ ਪ੍ਰੀਪੇਅਰਡ ਕਰ ਲਿਆ, ਲੇਕਿਨ ਨਹੀਂ ਨਹੀਂ ਡਾਇਲੋਗ ਇਕਦਮ ਮੈਸਡ ਅਪ ਨਹੀਂ ਹੋਣਾ ਚਾਹੀਦਾ, ਇਕਦਮ ਮੇਰਾ ਯੂ ਨੋ ਕੱਟ ਟੂ ਗੱਟ, ਸੋ ਲਾਈਕ ਆਈ ਡਿਡ ਗੁੱਡ, ਬਟ ਹਾਂ ਮੈਂ ਨਰਵਸ ਸੀ ਯੂ ਨੋ ਜਦੋਂ ਤੁਹਾਡੇ ਮੂਹਰੇ ਕੋਈ ਸੀਨੀਅਰ ਬੰਦਾ ਹੋਊਗਾ, ਓਬਵੀਅਸਲੀ ਯੂ ਵਿਲ ਫੀਲ ਦੈਟ, ਉਹ ਔਰਾ ਹੀ ਉਦਾਂ ਦਾ ਹੁੰਦਾ ਨਾ, ਯੂ ਫੀਲ ਇੰਟੀਮੇਟਿਡ, ਉਹ ਹੁੰਦਾ ਬਿਲਕੁਲ।
ਮੋਸਟਲੀ ਜੇ ਗੱਲ ਕਰੀਏ ਜੇ ਤੁਹਾਡੇ ਕਰੈਕਟਰ ਦੀ ਗੱਲ ਕਰੀਏ ਇਸ ਫਿਲਮ ਦੇ ਵਿੱਚ ਕਿੱਦਾਂ ਦਾ ਕਰੈਕਟਰ ਦੇਖਣ ਨੂੰ ਮਿਲੂਗਾ ਸਾਨੂੰ? ਮੈਂ ਨਿੰਮੀ ਦਾ ਕਰੈਕਟਰ ਪਲੇ ਕਰ ਰਹੀ ਹਾਂ। ਨਿੰਮੀ ਬਹੁਤ ਹੀ ਸਿੰਪਲ ਸਿੱਧੀ ਸਾਦੀ ਕੁੜੀ ਆ। ਲੋਕਡਾਊਨ ਹੁੰਦਾ ਔਰ ਜਿੱਦਾਂ ਸਾਰਿਆਂ ਦੀ ਲਾਈਫ ਚੇਂਜ ਹੋ ਗਈ ਰੀਅਲ 'ਚ, ਹੈ ਨਾ, ਆਫਟਰ ਲੋਕਡਾਊਨ, ਤੇ ਉਹਨਾਂ ਦੀ ਲਾਈਫ 'ਚ ਵੀ ਟਵਿਸਟ ਐਂਡ ਟਰਨ ਹੋਊਗਾ ਤੇ ਬਟ ਸ਼ੀ ਇਜ਼ ਨੋਟ ਅਵੇਅਰ ਕਿ ਹੋ ਕੀ ਰਿਹਾ, ਲਾਈਕ ਸ਼ੀ ਇਜ਼ ਨੋਟ ਅਵੇਅਰ ਲਾਈਫ 'ਚ ਕੀ ਹੋ ਰਿਹਾ ਚੱਲ ਰਿਹਾ। ਉਹ ਵਿਚਾਰੀ ਆਪਣੀ ਜ਼ਿੰਦਗੀ ਜੀ ਰਹੀ ਆ, ਬਾਅਦ 'ਚ ਉਹਨੂੰ ਪਤਾ ਚੱਲ, ਉਹਨੂੰ ਧੱਕਾ ਲੱਗਦਾ ਕਿ ਉਹ ਓਕੇ ਦਿਸ ਇਜ਼ ਹੈਪਨ, ਤੇ ਸਟੋਰੀ ਤਾਂ ਨਹੀਂ ਰਿਵੀਲ ਕਰ ਸਕਦੀ ਪਰ ਉਹਨ ਇਟ ਲਾਈਕ ਨਿੰਮੀ ਤਾਂ ਲਾਡੀ ਦੀ ਲਾਈਫ 'ਚ ਜੇ ਚੱਲ ਰਿਹਾ ਉਹ ਪੂਰੀ ਸਟੋਰੀ, ਪੂਰੀ ਫਿਲਮ ਦੀ ਸਟੋਰੀ ਉਸਦੇ ਪਰ ਹੋਈ ਆ। ਓਕੇ, ਮਤਲਬ ਇਹ ਹੁਣ ਸਸਪੈਂਸ ਸਿਨੇਮਾ ਘਰਾਂ ਦੇ ਵਿੱਚ ਜਾ ਕੇ ਖਤਮ ਹੋਣਾ ਹੈਗਾ। ਫਿਲਹਾਲ ਵੀ ਐਕਚੁਅਲ ਦੇ ਵਿੱਚ ਕੀ ਹੋ ਰਿਹਾ, ਗੋਲਮੋਲ ਕੀ ਆ? ਹੁਣ ਤੱਕ ਜੇ ਗੱਲ ਕਰੀਏ ਜੀ, ਹੁਣ ਤੱਕ ਜੇ ਗੱਲ ਕਰੀਏ ਮੂਵੀ ਦੇ ਤਿੰਨ ਸੌਂਗ ਰਿਲੀਜ਼ ਹੋ ਚੁੱਕੇ ਨੇ। ਵੈਸੇ ਤੁਹਾਡਾ ਵੈਸੇ ਹੁਣ ਤੱਕ ਦਾ ਇਸ ਮੂਵੀ ਦੇ ਵਿੱਚ ਕਿਹੜਾ ਫੇਵਰਿਟ ਟਰੈਕ ਆ? ਮੇਰੇ ਜੇ ਦੋਨੋਂ ਤਿੰਨ ਸੌਂਗ ਰਿਲੀਜ਼ ਹੋ ਚੁੱਕੇ ਨੇ, ਇੱਕ ਤਾਂ ਸਿੰਗਾ ਬੋਲ ਦਾ ਟਾਈਟਲ ਮਾਡਲ ਸ਼ੁਰੂਆਤ ਕੀਤੀ, ਹੁਣ ਐਕਟਰ ਵੀ ਬਣ ਗਏ ਹੋ, ਅਗਰ ਮੈਂ ਤੁਹਾਨੂੰ ਕਵਾਂ ਗਾਣੇ ਦੇ ਦੋ ਬੋਲ ਸੁਣਾਉਣੇ, ਐਜ਼ ਏ ਵਧੀਆ ਸਿੰਗਰ ਵੀ ਹੋ, ਹੁਣ ਤਾਂ ਜਮਾ ਨੀ ਕੱਟਿਆ ਜਾਊਗਾ ਕਿਉਂਕਿ ਇਹ ਚੀਜ਼ ਉਹ ਪਸੰਦ ਕਰਨਗੇ ਜੇ ਸੱਚੇ ਚ ਦੱਸੋ ਤਾਂ। ਤੈਨੂੰ ਹੋਸ਼ ਭੁੱਲ ਗਈ, ਗਰਮ ਗਰਮ ਚੁੱਲ ਗਈ, ਹੱਥ ਡੁੱਲ ਗਈ ਚਾ ਸਜਣਾ, ਐਸੀ ਤੇਰੀ ਨਿਗਾਹ ਸਜਣਾ, ਜਾਂਦੀ ਜਾਂਦੀ ਦੱਸਦੀ ਜਾ ਤੂੰ, ਦਿਲ ਦੇ ਵਿੱਚ ਕੀ ਤੇਰੇ, ਦਿਲ ਦੇ ਵਿੱਚ ਕੀ ਤੇਰੇ, ਮੈਂ ਸੁਣੀਆਂ ਉੱਚੀਆਂ ਦੀਵਾਰਾਂ ਰੱਖੀਆਂ, ਨੀ ਤੂੰ ਦਿਲ ਦੇ ਚਾਰ ਚੁਫੇਰੇ, ਨਾਲੇ ਸਾਂਭ ਕੇ ਰੱਖਦੀਆਂ, ਕੋਈ ਦਿਲ ਚ ਨਾ ਲੈਣ ਡੇਰੇ। ਚਲੋ ਮੈਂ ਵੈਸੇ ਅੱਗੇ ਗੱਲ ਕਰਦਾ ਗਾ। ਵੈਸੇ ਹੁਣ ਤਾਂ ਤੁਸੀਂ ਫਿਲਮ ਦੇ ਸੈੱਟ ਨੂੰ ਮਿਸ ਕਰਦੇ ਹੋਵੋਗੇ ਨਾ, ਕਿਉਂਕਿ ਜਦੋਂ ਫਸਟ ਐਕਸਪੀਰੀਅੰਸ ਹੁੰਦਾ, ਫਸਟ ਟਾਈਮ ਤੁਸੀਂ ਚਲੋ ਸੈੱਟ 'ਤੇ, ਹੁਣ ਮਸਤੀ ਵੀ ਹੁੰਦੀ ਹੋਊਗੀ, ਹਾਸਾ ਮਜ਼ਾਕ ਵੀ ਹੁੰਦਾ ਹੋਊਗਾ, ਕਿੰਨਾ ਕੁ ਮਿਸ ਕਰਦੇ ਹੋ ਫਿਲਮ ਦੇ ਸੈੱਟ ਨੂੰ, ਜਾਂ ਹੁਣ ਅੱਗੇ ਵੀ ਤੁਹਾਡੇ ਲਈ ਬਹੁਤ ਸਾਰੇ ਰਾਹ ਖੁੱਲ੍ਹ ਜਾਣੇ ਇਸ ਫਿਲਮ ਤੋਂ ਬਾਅਦ, ਕੀ ਸੋਚਦੇ ਹੋ? ਫਿਲਮ ਦੇ ਸੈੱਟ ਦੀ ਗੱਲ ਕਰੀਏ ਤਾਂ ਸੱਚੀ ਦੱਸਾਂ ਮੈਂ ਬਹੁਤ ਅਟੈਚ ਹੋ ਗਈ ਸੀ। ਓਬਵੀਅਸਲੀ ਆਈ ਟੋਲਡ ਯੂ ਮੈਨੂੰ ਪੰਜਾਬ ਬਹੁਤ ਵਧੀਆ ਲੱਗਦਾ ਤੇ ਇਹਨਾਂ ਦਾ ਲਾਈਕ ਇੱਥੇ ਦਾ ਫੂਡ ਕਲਚਰ ਐਵਰੀਥਿੰਗ। ਮੈਂ ਬੋਂਬੇ ਰਹਿੰਦੀ ਹਾਂ, ਬੋਂਬੇ 'ਚ ਲਾਈਫ ਪਤਾ ਕੀ ਹੈ, ਬਹੁਤ ਹੀ ਰਸ਼ ਭਾਗ ਦੌੜ, ਯੂ ਨੋ, ਉੱਦਾਂ ਦੀ ਜ਼ਿੰਦਗੀ ਆ। ਤੋ ਮੈਂ ਜਦੋਂ ਪਟਿਆਲਾ ਸ਼ੂਟ ਕਰ ਰਹੀ ਸੀ ਇਸ ਫਿਲਮ ਲਈ, ਮੈਨੂੰ ਬਹੁਤ ਹੀ ਪੀਸਫੁਲ ਪੀਸ ਫੀਲ ਹੋਇਆ, ਯੂ ਨੋ, ਲਾਈਫ 'ਚ ਠਹਿਰਾ ਤੇ ਉਹ ਸਕੂਨ ਫੀਲ ਹੋਇਆ, ਉਹ ਪਿੰਡ ਦੀ ਹਵਾ, ਉਹ ਫੂਡ, ਐਵਰੀਥਿੰਗ ਸੇ ਮੈਨੂੰ ਆਈ ਗੋਟ ਰੀਲੀ ਅਟੈਚ। ਜਦੋਂ ਫਿਲਮ ਰੈਪ ਅਪ ਹੋਇਆ, ਸ਼ੂਟ ਫਿਨਿਸ਼ ਹੋਇਆ, ਆਈ ਵਾਸ ਲਾਈਕ ਮੈਂ ਵਾਪਸ ਨਹੀਂ ਮੁੜ ਕੇ ਜਾਣਾ ਚਾਹੁੰਦੀ ਹਾਂ, ਮੈਂ ਇੱਥੇ ਰਹਿਣਾ। ਆਈ ਵਾਸ ਲਾਈਕ ਇੱਕ ਸ਼ੂਟ ਕੁਛ ਹੋਰ ਅੱਗੇ ਵਧਾ ਦੇ ਥੋੜਾ ਜਿਹਾ। ਓਕੇ, ਮਤਲਬ ਵੀ ਇੰਨਾ ਇੰਜੋਏ ਕੀਤਾ ਅੱਗੇ ਦੀ ਕੋਸ਼
हाँ जी हाँ, और एक्चुअली टीम भी बहुत बढ़िया थी, इट वाज लाइक फैमिली। जब तुम कोई भी फिल्म शूट कर दो यू नो एक सेट है, एक लोकेशन पे पूरी टीम इकट्ठे रहने हो, खाने खाने हो, उठने बैठ दो, तो तुम वो फैमिली फैमिली वांगू अटैच हो जाते हो। वाह, अगे की गल करिए तो मैं ऑब्वियसली होर पंजाबी फिल्म करना चाहती हाँ, प्लीज आई आई जस्ट प्रे लाइक फिर मैं गुरुद्वारा जाके। बिल्कुल बिल्कुल, वाकई सही गल आ। सो चलो अगली बार भी अरदास शायद परमात्मा जरूर जल्दी पूरी करे। पर मैं चलना चाहवा कोई ऐदा का ड्रीम प्रोजेक्ट, हुण जिवें तुसीं गल कीती बहुत सारे तुहाडे फेवरेट ने एमी की गल करते सी, जां तुसीं ऐदे ना सिंगिंग एकल की गल कीती, जे मैं जानना चाहवा ऐदे ड्रीम प्रोजेक्ट अगर तुहानूं कोई मिले जां तुसीं किसे एक्टर नाल स्क्रीन शेयर करना चाहो तां किहड़ा तुसीं हुण सोचदे हो पंजाबी म्यूजिक इंडस्ट्री विच जां पंजाबी फिल्म इंडस्ट्री विच? किस्मत वधिया लगदा, मैनू आ सारी फिल्म रियल रियल पंजाबी फिल्म लाइक बहुत वधिया कंटेंट, ऑब्वियसली फीमेल लई करन लई भी बहुत कुछ हुंदा उहनां दे फिल्म च ऑब्वियसली। बिल्कुल, क्योंकि हुण मैनूं लगदा कि अपना पंजाबी सिनेमा भी उस लेवल ते पहुंच गया कि अच्छे बड़े अच्छे कंटेंट आ रहे ने, बच्चा अच्छा कंसेप्ट आ रहा है। अरदास करनगे कि तुहाडा ए ड्रीम जिहड़ा जल्दी पूरा होवे, बाबा जी तुहानू एक होर फिल्म अगली वड्डी फिल्म जरूर देण, ते दुबारा भी मौका मिले तुहाडे नाल गल करन दा रेडियो दे जरिए। जी, मैं जिन्ने लोग की मैनू सुन रहे हैं, प्लीज जे तुसी नेक्स्ट गुरुदास जा मेरे लिए अरदास करियो, मैं ते मैनू सपोर्ट करियो प्लीज, मेरी पहली फिल्म आ, जे तुसी सपोर्ट करोगे तो ऑब्वियसली ते फिर मेरा कम चल जूगा, आगे भी कम मैं करना, मैं इत्थे रहना, मैं पंजाब च कम करना चाहुंदी हां, सो आई नीड योर सपोर्ट। कदे हाँ कदे ना, 3 December नू आ रहा, प्लीज अपने जिन्ने भी नजदीकी सिनेमा घर च जाके मूवी जरूर देखो, फैमिली नाल जाओ, बहुत वधिया फिल्म आ, कॉमेडी आ, सस्पेंस आ, थ्रिलर, रोमांस, सब कुछ आ, सो फुल एक फैमिली पैकेज फिल्म आ, तुसी वेखो, मैनू सपोर्ट जरूर करो। ओके, पर वो कहते सपोर्ट असीं तां करांगे जे अगली वार इंटरव्यू विच एक होर गाना सुनाऊंगे तां। चलो बहुत वधिया लग्या मैं तुहाडे नाल गल करके, तुसी अपने फिल्मी सफर दा जो शुरुआत कीती है साडे नाल, कुछ पल सांझे कीते, एंड उम्मीद करदे तुहाडी फिल्म जिहड़ी आ सुपर डुपर हिट रहे, एंड 3 December नूं दोस्तों तुसी नेड़े सिनेमा घरां विच जाणा ना भुलना, भावें तुहाडे वर्ल्ड वाइड जिथे इत्थे भी रिलीज़ होगी तुहानूं जल्दी डेट्स मिल जाणगीआं। बाकी थैंक यू सो मच वंस अगेन मैम। थैंक यू सो मच।